ਹਾਂਜੀ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਵੇਖਣ ਵਾਲਾ ਚੈਨਲ ਹੈ ਤੇ ਮੈਂ ਦੀਪਕ ਸ਼ਰਮਾ ਚਨਾਰਥਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰਾਂ ਦੀ ਖਬਰ ਅੱਛਾ ਐਸੇ ਖਬਰਾਂ ਦੀ ਖਬਰ ਵਿੱਚ ਮੈਂ ਇੱਕਦਣ ਖਬਰ ਦਿੱਤੀ ਸੀ ਕਿ ਹੁਣ ਬਾਗੀ ਹੋਣ ਦੀ ਵਾਰੀ ਇੱਕ ਨਵੇਂ ਆਮ ਆਦਮੀ ਪਾਰਟੀ ਦੇ ਲੀਡਰ ਬਿਲਕੁਲ ਜੀ ਮੈਂ ਖਬਰ ਦਿੱਤੀ ਸੀ ਕਿ ਅਮਨ अरोड़ा ਹੁਣ ਬਾਗੀ ਹੋ ਸਕਦੇ ਨੇ ਅੱਛਾ ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਸਨ ਤਦ ਇੱਕ ਵਾਰ ਇਹ ਮਾਹੌਲ ਬਣ ਗਿਆ ਸੀ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰ ਖੇਤਰ ਚ ਜਿੱਤ ਕੇ ਆਏਗਾ ਤੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਜਿਹੜੀ ਹੋਏਗੀ ਉਹ ਆਮ ਆਦਮੀ ਦੀ ਹੋਏਗੀ ਪਰ ਸਰਕਾਰ ਕਾਂਗਰਸ ਦੀ ਆ ਗਈ ਫਿਰ ਵੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਵੱਜੋਂ ਸਾਹਮਣੇ ਆਈ ਮਸਲਾ ਕੀ ਸੀਗਾ ਮਸਲਾ ਇਹ ਸੀਗਾ ਕਿ ਉਸ ਦੌਰਾਨ ਜਿਹੜੇ ਵੀ ਵਿਅਕਤੀ ਨੂੰ ਆਮ ਆਦਮੀ ਪਾਰਟੀ ਨੇ ਐਮਐਲਏ ਦੀ ਟਿਕਟ ਦਿੱਤੀ ਉਹ ਇਹ ਮੰਨ ਕੇ ਚੱਲ ਰਿਹਾ ਸੀ ਕਿ ਮੈਂ ਐਮਐਲਏ ਤਾਂ ਬਣ ਹੀ ਗਿਆ ਹੁਣ ਮਸਲਾ ਤਾਂ ਮੰਤਰੀ ਬਣਨ ਦਾ ਤੇ ਉਹਨਾਂ ਚੋਂ ਕੁਝ ਮੁਰਲੇ ਲੀਡਰ ਜਿਨ੍ਹਾਂ ਨੂੰ ਬਾਗਡੋਰ ਸੌਂਪੀ ਸੀਗੇ ਤੁਸੀਂ ਪਾਰਟੀ ਨੂੰ ਪੰਜਾਬ 'ਚ ਜਿਤਾਉਣਾ ਉਹ ਹਰ ਲੀਡਰ ਇਹ ਮੰਨ ਕੇ ਚੱਲ ਰਿਹਾ ਸੀ ਕਿ ਮੈਂ ਤਾਂ ਮੁੱਖ ਮੰਤਰੀ ਬਣਨਾ ਆਮ ਆਦਮੀ ਪਾਰਟੀ ਦੀ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਚੋਣਾਂ ਹੋਣ ਤੋਂ ਪਹਿਲਾਂ ਹੀ 7-8 ਤਾਂ ਮੁੱਖ ਮੰਤਰੀ ਬਣ ਗਏ ਸੀ ਪੰਜਾਬ 'ਚ ਤੇ ਇਸ ਲਈ ਫਿਰ ਉਹ ਇੱਕ ਦੂਏ ਦੀਆਂ ਜੜਾਂ ਵੱਢਣ ਲੱਗੇ ਜੜਾ ਵੱਢਣ ਦਾ ਨਤੀਜਾ ਕੀ ਹੋਇਆ ਕਿ ਉਸ ਦੇ ਵਿੱਚੋਂ ਸੁਖਪਾਲ ਖਹਿਰਾ ਬਾਹਰ ਨੇ ਹੁਣ ਉਸ ਦੇ ਵਿੱਚੋਂ ਹੀ ਸੁੱਚਾ ਸਿੰਘ ਛੋਟੇਪੁਰ ਬਾਹਰ ਨੇ ਹੁਣ ਉਸੇ ਵਿੱਚੋਂ ਹੀ ਸਾਡੇ ਕਬਰ ਸੰਧੂ ਹੋਰੀ ਬਾਹਰ ਨੇ ਜੀ ਉਸ ਦੇ ਵਿੱਚੋਂ ਹੀ ਹੁਣ ਐਮਐਲਏ ਕਿੰਨੀ ਬਾਹਰ ਆ ਗਏ ਹੁਣ ਮੌਜੂਦਾ ਐਮਐਲਏ ਛੱਡ ਕੇ ਕਾਂਗਰਸ ਚ ਆ ਗਏ ਗੁਰਪ੍ਰੀਤ ਖੁੱਗੀ ਬਾਹਰ ਆ ਗਏ ਭਗਵੰਤ ਮਾਨ ਵੀ ਨਾਰਾਜ਼ ਹੋ ਗਏ ਸੀ ਭਗਵੰਤ ਮਾਨ ਨੇ ਵੀ ਅਸਤੀਫਾ ਦਿੱਤਾ ਸੀਗਾ ਜਦੋਂ ਕੇਜਰੀਵਾਲ ਹੋਰੀ ਮਜੀਠੀਆ ਵਾਲੇ ਮਸਲੇ ਤੇ ਮਾਫੀ ਮੰਗ ਲੈਂਦੇ ਨੇ ਨਾਰਾਜ਼ ਹੋਈ ਸੀ ਤੇ ਹੁਣ ਉਸੇ ਨਾਰਾਜ਼ਗੀ ਵਾਲੀ ਲਾਈਨ ਦੇ ਵਿੱਚ ਇੱਕ ਨਵਾਂ ਨਾਮ ਜੁੜ ਰਿਹਾ ਅਮਨ अरोड़ा ਦਾ ਉਸ ਸਮੇਂ ਤੱਕ ਖਬਰ ਇਹ ਸੀ ਕਿ ਅਮਨ अरोड़ा ਕਿਤਨਾ ਕਿਤੇ ਇਸ ਗੱਲੋਂ ਨਾਰਾਜ਼ ਨੇ ਕਿ ਬਿਜਲੀ ਵਾਲੇ ਅੰਦੋਲਨ ਦੇ ਵਿੱਚ ਉਹਨਾਂ ਨੂੰ ਮੁਰਲੀ ਕਟਾਰਚ ਨਹੀਂ ਬਿਠਾਇਆ ਜਾ ਰਿਹਾ ਮੀਟਿੰਗ ਬੁਲਾਈ ਜਾਂਦੀ ਹੈ ਜਿਹੜੀ ਪਾਰਟੀ ਦੇ ਐਮਐਲਏ ਦੀ ਉਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਉਹਨਾਂ ਨੇ ਇੱਕ ਮੀਟਿੰਗ ਸੱਦੀ ਉਹਦੇ ਵਿੱਚ ਬੁਲਾਇਆ ਨਹੀਂ ਗਿਆ ਅਮਨ अरोड़ा ਇਸ ਲਈ ਨਾਰਾਜ਼ ਨੇ ਤੇ ਨਾਰਾਜ਼ਗੀ ਦੀ ਚਰਚਾ ਇਹ ਚੱਲੀ ਕਿ ਉਹ ਬਾਗੀ ਹੋ ਸਕਦੇ ਨੇ ਲੋ ਜੀ ਖਬਰ ਇਸ ਤੋਂ ਵੀ ਅੱਗੇ ਹੈ ਖਬਰ ਇਸ ਤੋਂ ਵੀ ਕਹਾ ਹੈ ਖਬਰ ਇਹ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੁੜ ਕੇ ਸਰਗਰਮ ਕਰਨ ਲਈ ਮੋਢਲੀਆਂ ਸਫਾ ਵਿੱਚ ਲਿਆਉਣ ਲਈ ਦਿੱਲੀ ਵਾਲਾ ਫਾਰਮੂਲਾ ਅਪਣਾਇਆ ਜਾ ਰਿਹਾ ਸੀ ਦਿੱਲੀ ਦੇ ਵਿੱਚ ਜਿਵੇਂ ਬਿਜਲੀ ਵਾਲੇ ਮੁੱਦੇ ਦੇ ਉੱਤੇ ਕੇਜਰੀਵਾਲ ਹੋਰੀ ਆਪਣਾ ਆਪ ਹੀ ਪੇਚਕਸ ਤੇ ਫੜ ਕੇ ਪਲਾਸ ਲਾਈਨਾਂ ਜੋੜਨ ਲੱਗ ਜਾਂਦੇ ਸੀ ਲਾਈਨਾਂ ਕੱਟਣ ਲੱਗ ਜਾਂਦੇ ਸੀ ਤੇ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਮਹਿੰਗੀ ਬਿਜਲੀ ਹੈ ਮੇਰਾ ਰਾਜ ਆਉਣ ਦਿਓ ਸਸਤੀ ਬਿਜਲੀ ਦਿਆਂਗਾ ਆਪ ਪੌੜੀ ਲਾ ਕੇ ਖੰਭਿਆਂ ਤੇ ਚੜਦੇ ਰਹੇ ਉਹੀ ਫਾਰਮੂਲਾ ਪੰਜਾਬ ਚ ਅਪਣਾਉਣ ਦੀ ਤਿਆਰੀ ਹੋ ਗਈ ਸੀ ਕਿ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੈ ਪੰਜਾਬ ਖੁਦ ਬਿਜਲੀ ਪੈਦਾ ਕਰਦਾ ਹੈ ਖੁਦ ਬਿਜਲੀ ਦਾ ਉਤਪਾਦਨ ਕਰਦਾ ਹੈ ਸਰਪਲਸ ਬਿਜਲੀ ਹੈ ਪੰਜਾਬ ਦੇ ਵਿੱਚ ਉਸ ਦੇ ਬਾਵਜੂਦ ਪੰਜਾਬ ਨੂੰ ਹਰਿਆਣੇ ਤੋਂ ਵੀ ਮਹਿੰਗੀ ਬਿਜਲੀ ਮਿਲ ਰਹੀ ਹੈ ਪੰਜਾਬ ਨੂੰ ਹਿਮਾਚਲ ਤੋਂ ਵੀ ਮਹਿੰਗੀ ਬਿਜਲੀ ਮਿਲ ਰਹੀ ਹੈ ਪੰਜਾਬ ਨੂੰ ਦਿੱਲੀ ਤੋਂ ਵੀ ਮਹਿੰਗੀ ਬਿਜਲੀ ਮਿਲ ਰਹੀ ਹੈ ਕਿਉਂ ਇਸ ਨੂੰ ਮੁੱਦਾ ਬਣਾਓ ਹਰ ਘਰ ਨਾਲ ਜੁੜਿਆ ਮਸਲਾ ਹੈ ਹਰੇਕ ਘਰ ਦੀ ਜੇਬ ਨਾਲ ਜੁੜਿਆ ਮਸਲਾ ਹੈ ਬਿਜਲੀ ਦਾ ਸਬੰਧ ਸਾਰੇ ਪਰਿਵਾਰਾਂ ਨਾਲ ਹੈ ਇਸ ਲਈ ਆਮ ਆਦਮੀ ਪਾਰਟੀ ਨੇ ਦਿੱਲੀ ਵਾਲੇ ਫਾਰਮੂਲੇ ਤੇ ਪੰਜਾਬ ਦੇ ਵਿੱਚ ਬਿਜਲੀ ਅੰਦੋਲਨ ਛੇੜਨ ਦੀ ਇੱਕ ਵਿਊਤਬੰਦੀ ਘੜੀ। ਅੱਛਾ ਜੀ। ਇਸ ਵਿਊਤਬੰਦੀ ਨੂੰ ਅੰਜਾਮ ਦੇਣ ਲਈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਚੁਣੇ ਗਏ। ਉਹਨਾਂ ਚ ਸਭ ਤੋਂ ਪਹਿਲਾ ਨਾਂ ਅਮਨ ਅਰੋੜਾ ਦਾ ਸੀ। ਦਿੱਲੀ ਮੀਟਿੰਗ ਹੁੰਦੀ ਹੈ। ਕੇਜਰੀਵਾਲ ਸਾਹਿਬ ਖੁਦ ਕਹਿੰਦੇ ਨੇ ਕਿ ਅਮਨ ਅਰੋੜਾ ਇਸ ਬਿਜਲੀ ਅੰਦੋਲਨ ਦੀ ਅਗਵਾਈ ਕਰੇਗਾ। ਤੇ ਉਸੇ ਦੇ ਵਿੱਚ ਇਹ ਤੈਅ ਹੁੰਦਾ ਹੈ ਕਿ 1 ਜੁਲਾਈ 1 ਜੁਲਾਈ ਨੂੰ ਅਮਨ अरोड़ा ਬਿਜਲੀ ਅੰਦੋਲਨ ਦੇ ਮੁੱਦੇ ਤੇ ਬਿਜਲੀ ਮਹਿੰਗੀ ਵੇਚਣ ਦੇ ਨਾਂ ਤੇ ਬਿਜਲੀ ਦੇ ਰੇਟ ਘਟਾਉਣ ਦੇ ਨਾਂ ਤੇ ਭੁੱਖ ਹੜਤਾਲ ਤੇ ਬੈਠ ਜਾਏਗਾ ਅਣ ਮਿੱਥੇ ਸਮੇ ਲਈ ਭੁੱਖ ਹੜਤਾਲ ਆਮ ਆਦਮੀ ਪਾਰਟੀ ਦਾ ਉਹੀ ਫਾਰਮੂਲਾ ਜਿਹਦੇ ਵਿੱਚੋਂ ਇਹ ਪਾਰਟੀ ਜਨਮੀ ਹੈ ਅੰਨਾ ਹਜਾਰੇ ਫਿਰ ਕੇਜਰੀਵਾਦ ਇਹ ਸਾਰੇ ਲੋਕ ਭੁਖੜ ਹੜਤਾਲਾਂ ਰਾਹੀਂ ਸਾਹਮਣੇ ਆਏ ਭੁਖੜ ਹੜਤਾਲ ਤੇ ਬੈਠ ਕੇ ਆਏ ਤੇ ਉਹਨਾਂ ਦੇ ਵਿੱਚੋਂ ਪਾਰਟੀ ਜਨਮੀ ਜਿਹਦੀ ਅਗਵਾਈ ਕੇਜਰੀਵਾਲੇ ਕੀਤੀ ਉਹ ਤੋਂ ਬਾਅਦ ਵੀ ਕਈ ਵਾਰ ਹੜਤਾਲਾਂ ਤੇ ਬੈਠਦੇ ਰਹੇ। ਇਹੀ ਫਾਰਮੂਲਾ ਪੰਜਾਬ ਚ ਅਮਨ ਅਰੋੜਾ ਲਈ ਅਪਣਾਉਣ ਦੀ ਤਿਆਰੀ ਹੋਈ ਕਿ ਅਮਨ ਅਰੋੜਾ ਨੂੰ ਭੁਖੜ ਹੜਤਾਲ ਤੇ ਬਿਠਾਇਆ ਜਾਵੇ। ਅਮਨ ਅਰੋੜਾ ਦਿੱਲੀ ਤੋਂ ਤਿਆਰੀ ਕਰਕੇ ਆ ਗਏ ਬੈਠਕ ਤੋਂ ਬਾਅਦ ਪੰਜਾਬ ਚ ਆ ਕੇ ਉਹਨਾਂ ਨੇ ਬਿਊਤ ਬੰਦੀ ਸ਼ੁਰੂ ਕਰ ਲਈ ਤੈਅ ਸੀਗਾ ਕਿ 1 ਜੁਲਾਈ ਨੂੰ ਅਮਨ ਅਰੋੜਾ ਭੁਖੜ ਹੜਤਾਲ ਤੇ ਬੈਠਣਗੇ ਉਹਨਾਂ ਨੇ ਇਸ ਭੁਖੜ ਹੜਤਾਲ ਦੀ ਵੀ ਤਿਆਰੀ ਕਰ ਲਈ ਪ੍ਰਬੰਧ ਕਰ ਲੇ। ਅਚਾਨਕ ਦਿੱਲੀ ਤੋਂ ਸੁਨੇਹਾ ਆਉਂਦਾ ਕਿ ਅਮਨ ਅਰੋੜਾ ਜੀ ਬਿਜਲੀ ਅੰਦੋਲਨ ਦੀ ਅਗਵਾਈ ਤੁਸੀਂ ਨਹੀਂ ਕਰੋਗੇ ਹੁਣ ਸਾਡਾ ਆ ਐਮਐਲਏ ਕਰੂਗਾ ਮੀਠੇਰ ਹੋਰਾਂ ਨੂੰ ਮੂਰੇ ਕਰ ਦਿੱਤਾ ਜਾਂਦਾ ਅਮਨ ਅਰੋੜਾ ਹੈਰਾਨ ਕਿ ਜਿਹੜੇ ਦਿੱਲੀ ਨੇ ਮੈਨੂੰ ਤਿਆਰੀ ਕਰਕੇ ਭੇਜਿਆ ਸੀ ਮੈਨੂੰ ਸੈਨਾਪਤੀ ਬਣਾ ਕੇ ਭੇਜਿਆ ਸੀ ਉਹੀ ਦਿੱਲੀ ਹੁਣ ਮੁੱਕਰ ਗਈ ਉਸੇ ਦਿੱਲੀ ਨੇ ਹੁਣ ਤੈਅ ਕਰ ਲਿਆ ਕਿ ਨਹੀਂ ਜੀ ਤੁਸੀਂ ਲੀਡਰ ਨਹੀਂ ਕਰਨੀ ਤੁਸੀਂ ਅਗਵਾਈ ਨਹੀਂ ਕਰਨੀ ਚਲੋ ਇੱਥੋਂ ਸ਼ੁਰੂ ਹੁੰਦੀ ਹੈ ਅਮਨ ਅਰੋੜਾ ਦੀ ਨਾਰਾਜ਼ਗੀ ਹੁਣ ਅਮਨ ਅਰੋੜਾ ਭੁਖ ਹੜਤਾਲ ਤੇ ਨਹੀਂ ਬੈਠਣਗੇ। ਹੁਣ ਅਮਨ ਅਰੋੜਾ ਇਸ ਮਸਲੇ ਦੀ ਲੜਾਈ ਨਹੀਂ ਲੜਨਗੇ ਤੇ ਉਹ ਨਾਰਾਜ਼ਗੀ ਸ਼ੁਰੂ ਹੋ ਗਈ। ਜਦੋਂ ਨਾਰਾਜ਼ਗੀ ਸ਼ੁਰੂ ਹੋਈ ਤਾਂ ਐਸੇ ਦੌਰਾਨ ਇੱਕ ਮੀਟਿੰਗ ਬੁਲਾਈ ਗਈ ਜਦੀ ਅਗਵਾਈ ਹਰਪਾਲ ਚੀਮਾ ਹੋਰੀ ਪੰਜਾਬ ਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਕਰਦੇ ਸਨ। ਤੇ ਉਸ ਮੀਟਿੰਗ ਦੇ ਵਿੱਚ ਅਮਰ ਅਰੋੜਾ ਨੇ ਸੱਦੇ ਹੀ ਨਹੀਂ ਗਿਆ। ਨਾਰਾਜ਼ਗੀ ਹੋਰ ਵੱਧ ਗਈ। ਕਿਹਦਾ ਮਤਲਬ ਕੁਝ ਗੜਬੜ ਚੱਲ ਰਹੀ ਹੈ? ਪਹਿਲਾਂ ਦਿੱਲੀ ਨੂੰ ਦਿੱਲੀ ਨੇ ਬੁਲਾ ਕੇ ਮੇਰਾ ਨਾਂ ਤੈਅ ਕੀਤਾ। ਫਿਰ ਦਿੱਲੀ ਨੇ ਹੀ ਮੇਰਾ ਨਾਂ ਕਟਿਆ ਹੁਣ ਦਿੱਲੀ ਹੀ ਕਹਿ ਰਹੀ ਹੈ ਕਿ ਤੁਸੀਂ ਮਿੱਟੀਆਂ 'ਚ ਵੀ ਨਾ ਜਾਓ ਅਮਨ ਅਰੋੜਾ ਕਿਤੇ ਨਾ ਕਿਤੇ ਇਹ ਬੇਛਾ ਗੱਲੇ ਖੁੱਲ ਕੇ ਨਹੀਂ ਬੋਲੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਹ ਇੱਕ ਹਿੰਦੂ ਚਿਹਰੇ ਵਜੋਂ ਉੱਪਰ ਐਸਨ ਆਮ ਆਦਮੀ ਪਾਰਟੀ ਦੇ ਲੀਡਰ ਵਜੋਂ ਉੱਪਰ ਐਸਨ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਕਿਵੇਂ ਬਚਾਰਿਆ ਕੇਜਰੀਵਾਲ ਨੇ ਕਿ ਅਮਨ ਅਰੋੜਾ ਨੂੰ ਦੂਰ ਕੀਤਾ ਗਿਆ ਅੱਛਾ ਇਹਦੇ ਵਿੱਚ ਇੱਕ ਚਰਚਾ ਹੋਰ ਵੀ ਚੱਲਦੀ ਹੈ ਉਹ ਚਰਚਾ ਇਹ ਹੈ ਕੀ ਅਮਨ अरोड़ा ਦਾ ਬੈਕਗ੍ਰਾਉਂਡ ਜਿਹੜਾ ਹੈ ਪਸ਼ੋਕਰ ਜਿਹੜਾ ਉਹ ਕਾਂਗਰਸ ਨਾਲ ਸੰਬੰਧ ਰੱਖਦਾ ਹੈ ਕਾਂਗਰਸ ਪਾਰਟੀ ਜੋ ਹੈ ਨੇ ਸੁਖਬਾਲ ਖੈਰਾ ਵੀ ਕਾਂਗਰਸ ਪਾਰਟੀ ਚੁਆਈ ਸੀ ਸੁਖਬਾਲ ਖੈਰਾ ਵੀ ਲੰਬੇ ਨੇ ਕੀ ਅਮਨ अरोड़ा ਦਾ ਕਾਂਗਰਸੀ ਪੁਰਾਣਾ ਹੋਣਾ ਇਹ ਉਹਨਾਂ ਦੇ ਰਾਹ ਚ ਰੋੜਾ ਬਣ ਰਿਹਾ ਜਾਂ ਹੁਣ ਕੋਈ ਹੋਰ ਲੀਡਰ ਨੂੰ ਮੂਹਰੇ ਲਿਆਉਣਾ ਅੱਛਾ ਇਹ ਸਾਰੇ ਮਸਲੇ ਦੇ ਵਿੱਚ ਭਗਵੰਤ ਮਾਨ ਕਿੱਥੇ ਹੈ ਇਹ ਆਪਣੇ ਆਪ ਚ ਪੰਜਾਬ ਚ ਚਰਚਾ ਬੜੀ ਹੋਈ ਹੈ ਭਗਵੰਤ ਮਾਨ ਇਹਨਾਂ ਸਾਰੇ ਮਸਲਿਆਂ ਤੋਂ ਬਾਹਰ ਭਗਵੰਤ ਮਾਨ ਦਿੱਲੀ ਲੋਕ ਸਭਾ ਦੇ ਅੰਦਰ ਖੜਕੇ ਬੋਲਦੇ ਦਿਖਾਈ ਦਿੰਦੇ ਨੇ ਪੰਜਾਬ ਦੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਕਿਤੇ ਨਜ਼ਰ ਨਹੀਂ ਆ ਰਹੇ ਖਬਰ ਤਾਂ ਇਹ ਵੀ ਹੈ ਕਹਿੰਦੇ ਜਿੱਦਣ ਦੇ ਲੋਕ ਸਭਾ ਚੋਣ ਜਿੱਤੀ ਹੈ ਨਾ ਭਗਵੰਤ ਮਾਨ ਨੇ ਇੱਕ ਵਾਰ ਮੁਲਾਕਾਤ ਹੋਈ ਹੈ ਕੇਜਰੀਵਾਲ ਨਾਲ ਖਬਰ ਤਾਂ ਇਹ ਵੀ ਹੈ ਪਤਾ ਹੈ ਪਤਾ ਲੱਗ ਰਿਹਾ ਇਸ ਗੱਲ ਦਾ ਚਰਚਾਵਾਂ ਦੇ ਵਿੱਚੋਂ ਕੇਜਰੀਵਾਲ ਹੋਰਾਂ ਦੇ ਗਰੁੱਪ ਦੇ ਅੰਦਰੋਂ ਆਮ ਆਦਮੀ ਪਾਰਟੀ ਦੇ ਪੱਕੇ ਸੂਤਰਾਂ ਦੇ حوالے ਨਾਲ ਖਬਰ ਮਿਲ ਰਹੀ ਹੈ ਕਿ ਕੇਜਰੀਵਾਲ ਨੇ ਦੋ ਤਿੰਨ ਵਾਰ ਸਨੇਹਾ ਵੀ ਕੱਲਿਆ ਕਿ ਭਗਵੰਤ ਮਾਨ ਨਾਲ ਮਿਲਣਾ ਚਾਹੁੰਦਾ ਪਰ ਭਗਵੰਤ ਮਾਨ ਨੇ ਅੰਗੋਲੀਆਂ ਕੀਤਾ ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਭਗਵੰਤ ਮਾਨ ਹੁਣ ਕੇਜਰੀਵਾਲ ਦੇ ਬੁਲਾਇਤੇ ਵੀ ਨਹੀਂ ਜਾ ਰਹੇ ਕੀ ਭਗਵੰਤ ਮਾਨ ਔਰ ਕੇਜਰੀਵਾਲ 'ਚ ਵੀ ਦੂਰੀਆਂ ਵੱਧ ਗਈਆਂ ਫਿਰ ਜਾਂ ਕੋਈ ਹੋਰ ਮਸਲਾ ਹੈ ਜਾਂ ਹੁਣ ਭਗਵੰਤ ਮਾਨ ਕੁਝ ਵੱਖਰਾ ਸੋਚ ਰਿਹਾ ਹੈ ਇਸ ਲਈ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਕੁਝ ਖਾਸਾ ਕੁਝ ਨਮਾ ਹੋ ਸਕਦਾ ਹੈ ਕੁਝ ਤਬਦੀਲੀ ਆ ਸਕਦੀ ਹੈ ਉਹ ਕੌਣ ਹੋਏਗਾ ਅਮਨ अरोड़ा ਨਹੀਂ ਤਾਂ ਹੁਣ ਪੰਜਾਬ ਦੇ ਵਿੱਚ ਲੀਡਰੀ ਕਿਹਨੂੰ ਹੋਰ ਅਗਵਾਈ ਕਰਨ ਦੀ ਹੈ ਜਾਂ ਭਗਵੰਤ ਮਾਨ ਨਹੀਂ ਤਾਂ ਹੁਣ ਪ੍ਰਧਾਨ ਕੌਣ ਹੋਏਗਾ ਕਿਤੇ ਦੋਵੇਂ ਲੀਡਰ ਹੁਣ ਆਵਾਜ਼ੀ ਪਾਰਟੀ ਤੋਂ ਦੂਰ ਤਾਂ ਨਹੀਂ ਹੋ ਰਹੇ ਇਹ ਆਪਣੇ ਆਪ ਦੇ ਵਿੱਚ ਵੱਡੀਆਂ ਚਰਚਾਵਾਂ ਛੜ ਗਈਆਂ ਨੇ ਪਰ ਕਿਤੇ ਨਾ ਕਿਤੇ ਹੁਣ ਅਮਨ अरोड़ा ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੀ ਚਰਚਾ ਹੈ ਕਿ ਅਮਨ अरोड़ा ਹੁਣ ਆਮ ਆਦਮੀ ਪਾਰਟੀ ਤੋਂ ਬਾਹਰ ਆ ਸਕਦੇ ਨੇ ਕਿਵੇਂ ਉਸੇ ਤਰ੍ਹਾਂ ਜਿਵੇਂ ਹੁਣ ਕਾਂਗਰਸ ਦੇ ਵਿੱਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਬਾਹਰ ਆ ਸਕਦੇ ਨੇ ਚਰਚਾਾਂ ਮਾਂ ਚੱਲਦੀਆਂ ਨਵਜੋਤ ਸਿੰਘ ਸਿੱਧੂ ਵਾਲਾ ਹੀ ਵੱਡਾ ਮਸਲਾ ਹੈ ਫਿਰ ਵਿਚਾਰਾਂਗਾ ਪਰ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਹੁਣੇ ਪਰਤਦੇ ਆ ਜਿਸ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਖਬਰ ਜਿਵੇਂ ਕਿ ਮੈਂ ਤੁਹਾਨੂੰ ਖਬਰ ਦਿੱਤੀ ਹੈ ਕਿ ਹੁਣ ਅਮਨ अरोड़ा ਆਮ ਆਦਮੀ ਪਾਰਟੀ ਤੋਂ ਬਾਹਰ ਵੀ ਆ ਸਕਦੇ ਨੇ ਪਰ ਇਸ ਤੋਂ ਵੀ ਅੱਗੇ ਦੀ ਖਬਰ ਹੈ ਕਿ ਉਹਨਾਂ ਨੇ ਭੁੱਖ ਹੜਤਾਲ ਤੇ ਬੈਠਣਾ ਸੀ ਤੇ ਭੁੱਖ ਹੜਤਾਲ ਤੇ ਹੁਣ ਉਹ ਨਹੀਂ ਬੈਠਣ ਦਿੱਤਾ ਜਾ ਰਿਹਾ ਉਹਨਾਂ ਨੂੰ ਬਿਜਲੀ ਅੰਦোলন ਦੀ ਗਵਾਹੀ ਨਹੀਂ ਕੀਤੀ ਯਾਰ ਦੀ ਤਿਆਰੀ ਇਸ ਕਰਨਾ ਨਰਾਜ਼ ਚੱਲ ਰਹੇ ਨੇ ਅੱਛਾ ਜੀ ਨਵਜੋਤ ਸਿੰਘ ਸਿੱਧੂ ਨਰਾਜ਼ ਨਵਜੋਤ ਸਿੰਘ ਸਿੱਧੂ ਵੀ ਆਪਣੀ ਪਾਰਟੀ ਨਾਲ ਚੱਲ ਰਹੇ ਨੇ ਬੜੀ ਚਰਚਾ ਕਿ ਨਵਜੋਤ ਸਿੰਘ ਸਿੱਧੂ ਕੋਪ ਮੰਚੂਈ ਬਾਹਰ ਨਹੀਂ ਆ ਰਹੇ ਨਵਜੋਤ ਸਿੰਘ ਸਿੱਧੂ ਹਫਤਾ ਮਾਤਾ ਦੇ ਦਰਬਾਰ ਚ ਲਾਏ ਉਸ ਦੇ ਬਾਵਜੂਦ ਵੀ ਉਹਨਾਂ ਦਾ ਮਸਲਾ ਨਹੀਂ ਹੱਲ ਹੋਇਆ ਨਵਜੋਤ ਸਿੰਘ ਸਿੱਧੂ ਹਮਰਸਰ ਪਹੁੰਚ ਗਏ ਮੀਡੀਆ ਨੂੰ ਖਬਰ ਮਿਲ ਗਈ ਸਾਰਾ ਮੀਡੀਆ ਬੂਹੇ ਮੂਰੇ ਬੈਠਾ ਰਿਹਾ ਆਫਸਰਾਂ ਦੀਆਂ ਜਿਪਸੀਆਂ ਪਹੁੰਚ ਗਈਆਂ ਲੀਡਰ ਮਿਲਣ ਪਹੁੰਚਣ ਲੱਗੇ ਪਰ ਉਹ ਬੂਹੇ ਹੀ ਨਹੀਂ ਖੋਲਦੇ ਜੀ ਕਹਿੰਦੇ ਕਿਸੇ ਨਾਲ ਮੁਲਾਕਾਤ ਹੀ ਨਹੀਂ ਕਰ ਰਹੇ ਨਵਜੋਤ ਸਿੰਘ ਸਿੱਧੂ ਕਿਸੇ ਨੂੰ ਨਹੀਂ ਮਿਲਦੇ ਤੇ ਟਵੀਟ ਆਉਂਦਾ ਸਾਹਮਣੇ ਨਵਜੋਤ ਸਿੰਘ ਸਿੱਧੂ ਨੇ ਮੀਨਾ ਪਹਿਲਾਂ 10 ਜੂਨ ਨੂੰ ਇੱਕ ਟਵੀਟ ਕੀਤਾ ਸੀ ਰਾਹੁਲ ਗਾਂਧੀ ਦੇ ਨਾਲ ਰਾਹੁਲ ਗਾਂਧੀ ਜੀ ਮੈਂ ਕੈਬਨਿਟ ਵਿੱਚ ਨਹੀਂ ਰਹਿਣਾ ਚਾਹੁੰਦਾ ਮੇਰਾ ਅਸਤੀਫਾ ਮਨਜ਼ੂਰ ਕਰੋ ਉਹਨਾਂ ਦਿਨਾਂ ਵਿੱਚ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਹਾਈ ਕਮਾਂਡ ਦੇ ਵਿੱਚ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਦੇ ਦੁਆਪ ਪਾਰੇ ਸੀ ਕਿ ਤੁਸੀਂ ਨਵਾਂ ਵਿਭਾਗ ਸੰਭਲੋ ਰਾਹੁਲ ਗਾਂਧੀ ਕਹਿ ਰਹੇ ਸੀਗੇ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ 1 ਮਹੀਨੇ ਤੋਂ ਵੀ ਬਾਅਦ ਦੁਬਾਰਾ ਨਵਜੋਤ ਸਿੰਘ ਸਿੱਧੂ ਸਾਹਮਣੇ ਆਏ ਟਵੀਟ ਰਾਈਓ ਸਹੀ ਆਪ ਸਾਹਮਣੇ ਨਹੀਂ ਆਏ ਟਵੀਟ ਸਾਹਮਣੇ ਆਇਆ ਉਹੀ ਪੁਰਾਣਾ ਅਸਤੀਫਾ ਫੇਰ ਸਾਹਮਣੇ ਲਿਆਂਦਾ ਕਿ ਲਓ ਜੀ ਮੈਂ ਤਾਂ ਅਸਤੀਫਾ ਭੇਜਿਆ ਹੋਇਆ ਹੈ ਮੈਂ ਤਾਂ ਆਪਣੇ ਹਾਈ ਕਮਾਂਡ ਨੂੰ ਭੇਜਿਆ ਹੋਇਆ ਤੇ ਕੈਪਟਨ ਸਾਹਿਬ ਨੂੰ ਭੇਜ ਦਿੰਦਾ ਫਿਰ ਅਸਤੀਫਾ ਕੈਪਟਨ ਸਾਹਿਬ ਨੂੰ ਹੀ ਭੇਜਦਾ ਸੁਨੀਹਾ ਕੈਪਟਨ ਸਾਹਿਬ ਦਾ ਵੀ ਵਾਪਸ ਆ ਗਿਆ ਕਹਿੰਦੇ ਠੀਕ ਹੈ ਜੀ ਇਹ ਕੈਬਨਟ ਚ ਨਹੀਂ ਰਹਿਣਾ ਤੁਹਾਡੇ ਕੋਲ ਬਹੁਤ ਬਦਲ ਨੇ ਅਸੀਂ ਕਿਸੇ ਹੋਰ ਨੂੰ ਲਾ ਲਾਂਗੇ ਮੰਤਰੀ ਪਰ ਮਸਲਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਖੁਦ ਸਾਹਮਣੇ ਕਿਉਂ ਨਹੀਂ ਆ ਰਹੇ ਇਸ ਨੂੰ ਲੈ ਕੇ ਵੱਡੀਆਂ ਚਰਚਾਵਾਂ ਹਨ ਕਿ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਛੱਡਣ ਦੀ ਤਿਆਰੀ ਚ ਨੇ ਲਓ ਜੀ ਫਿਰ ਖਬਰ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਪੁਰਾਣੇ ਬੈਂਸ ਭਰਾਵਾਂ ਦੇ ਸੰਪਰਕ ਵਿੱਚ ਨੇ ਕਹਿੰਦੇ ਬੈਂਸ ਭਰਾ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਆਓ ਇਹ ਤਾਂ ਉਹਨਾਂ ਨੇ ਜਨਤਕ ਵੀ ਬਿਆਨ ਦਿੱਤਾ ਬੈਂਸ ਭਰਾਵਾਂ ਨੇ ਕਿ ਅਸੀਂ ਨਵਜੋਤ ਸਿੰਘ ਜੀ ਦਾ ਸਵਾਗਤ ਕਰਨ ਲਈ ਤਿਆਰ ਨਵਜੋਤ ਸਿੰਘ ਸਿੱਧੂ ਸਾਡੇ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ ਅੱਛਾ ਹੁਣ ਇੱਕ ਮੰਨ ਲਓ ਜਿਵੇਂ ਮੈਥ ਦੇ ਵਿੱਚ ਇੱਕ ਫਾਰਮੂਲਾ ਹੁੰਦਾ ਕਿ ਮੰਨ ਲਓ ਫਲਾਣੀ ਸੰਖਿਆ ਦੇ ਬਰਾਬਰ ਐਕਸ ਤੇ ਮੰਨ ਲਓ ਨਵਜੋਤ ਸਿੰਘ ਸਿੱਧੂ ਕਾਂਗਰਸ ਚੋਂ ਬਾਹਰ ਆ ਗਏ ਨਵਜੋਤ ਸਿੰਘ ਸਿੱਧੂ ਬੈਂਸ ਭਰਾਵਾਂ ਨਾਲ ਰਲ ਗਏ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਹਰਿਆਣੂ ਨਾਲ ਲੈ ਲਿਆ ਆਮ ਆਦਮੀ ਪਾਰਟੀ ਨੂੰ ਵੀ ਨਾਲ ਲੈ ਲਿਆ ਨਵਜੋਤ ਸਿੰਘ ਸਿੱਧੂ ਨੇ ਟਕਸਾਲੀ ਅਕਾਲੀ ਦਲ ਨੂੰ ਵੀ ਨਾਲ ਲੈ ਲਿਆ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਚ ਬਸਪਾ ਨੂੰ ਵੀ ਨਾਲ ਲੈ ਲਿਆ ਸਾਰੀਆਂ ਤਰ੍ਹਾਂ ਖੈਰੇ ਦਾ ਨਹੀਂ ਪਤਾ ਕਿ ਜੇ ਭਗਵੰਤ ਆਏਗਾ ਫਿਰ ਖੈਰਾ ਨਹੀਂ ਆਏਗਾ ਜੇ ਖੈਰਾ ਆਏਗਾ ਤਾਂ ਭਗਵੰਤ ਨਹੀਂ ਆਏਗਾ ਪਰ ਇਹ ਰਾਜਨੀਤੀਅਤ ਵਿੱਚ ਕੁਝ ਵੀ ਹੋ ਸਕਦਾ ਦੋ ਇਕੱਠੇ ਵੀ ਆ ਸਕਦੇ ਇਕੱਠੇ ਆਏ ਫਿਰ ਦੱਸ ਦੇਾਂਗੇ ਤੁਹਾਨੂੰ ਪਰ ਜੇ ਮੰਨ ਲਈਏ ਕਿ ਸਾਰੀਆਂ ਤਰ੍ਹਾਂ ਇਕੱਠੀਆਂ ਹੋ ਗਈਆਂ ਤਾਂ ਫਿਰ ਲੀਡਰ ਨਵਜੋਤ ਸਿੰਘ ਸਿੱਧੂ ਉਹ ਨਵਜੋਤ ਸਿੰਘ ਸਿੱਧੂ ਜਿਹਨੂੰ ਭਗਵੰਤ ਮਾਨ ਹੋਰੀ ਉਸ ਸਮੇਂ ਆਮ ਆਦਮੀ ਪਾਰਟੀ ਚ ਇਸ ਲਈ ਨਹੀਂ ਆਉਣ ਦੇਣਾ ਚਾਹੁੰਦੇ ਸੀ ਕਿ ਜੇ ਆਇਆ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਇਹ ਬਣ ਜਾਏਗਾ ਸੁਖਪਾਲ ਖਹਿਰਾ ਨਹੀਂ ਚਾਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਆਵੇ ਜੇ ਆ ਗਿਆ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਇਹ ਬਣੇਗਾ ਖੁੱਗੀ ਵੀ ਕਿਤੇ ਕਿਤੇ ਇਹ ਸੋਚਦੇ ਸਨ ਕਿ ਸਿੱਧੂ ਦੇ ਆਉਣ ਤੇ ਅਸੀਂ ਕਿਤੇ ਓਡਾਰੀ ਭਰ ਸਕਾਂਗੇ ਕਿ ਨਹੀਂ ਇਹ ਆਪਣੇ ਆਪ ਦੇ ਵਿੱਚ ਚਰਚਾ ਹੋਵਾਂ ਸੀ ਇਹ ਇਸ ਲਈ ਉਸੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਸਾਰੇ ਹੱਕਾ ਮਾਰ ਰਹੇ ਨੇ ਹੁਣ ਕਹਿੰਦੇ ਆਜੋ ਛੇਤੀ ਤੇ ਅੰਦਰ ਚਰਚਾ ਇਹ ਵੀ ਹੈ ਸਾਡੇ ਮਹਾਰ ਪੱਤਰਕਾਰ ਸਾਥੀ ਸਾਨੂੰ ਇਹ ਵੀ ਕਹਿਣ ਲੱਗੇ ਕਿ ਹੋ ਸਕਦਾ ਨਵਜੋਤ ਸਿੰਘ ਸਿੱਧੂ ਪੀਜ ਵਿੱਚ ਵਾਪਸ ਚਲ ਜਵੇ ਪਰ ਮੈਂ ਆਰ ਜੇ ਵੀ ਮੰਨ ਕੇ ਚੱਲ ਰਿਹਾ ਕਿ ਮੰਨ ਲਓ ਨਵਜੋਤ ਸਿੰਘ ਸਿੱਧੂ ਇਸ ਪਾਰਟੀ ਤੋਂ ਕਾਂਗਰਸ ਨੂੰ ਨਾਤਾ ਤੋੜ ਕੇ ਇਹ ਸਾਰੇ ਦਲਾਂ ਨੂੰ ਵਿਛਰੇ ਹੋਏ ਦਲਾਂ ਨੂੰ ਇਕੱਠੇ ਕਰ ਲੈਂਦਾ ਚਾਹੇ ਉਹ ਖੈਰਾ ਤੜਾ ਚਾਹੇ ਆਮ ਆਦਮੀ ਪਾਰਟੀ ਤੜਾ ਚਾਹੇ ਬੈਂਸਪਰਾ ਨੇ ਚਾਹੇ ਟਕਸਾਲੀ ਅਕਾਲੀ ਦਲ ਹੈ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਨਵਾਂ ਦਲ ਬਣਾਉਂਦਾ ਪਰ ਕੀ ਨਵਜੋਤ ਸਿੰਘ ਸਿੱਧੂ ਜੱਥੇਦਾਰ ਗੁਰਚੰਦ ਸਿੰਘ ਟੋੜਾ ਤੋਂ ਵੀ ਵੱਡਾ ਕੀ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਬਾਦਲ ਤੋਂ ਵੀ ਵੱਡਾ ਸਿਆਸੀ ਘਾਗ ਹੈ ਇਹ ਦੋ ਲੀਡਰ ਬਾਹਰ ਆਏ ਨੇ ਆਪਣੀਆਂ ਆਪਣੀਆਂ ਪਾਰਟੀਆਂ ਚੋਂ ਇਹਨਾਂ ਦੋਵਾਂ ਨੇ ਅਕਾਲੀ ਦਲ ਤੋਂ ਬਾਹਰ ਆ ਕੇ ਬੱਕਰੀਆਂ ਪਾਰਟੀਆਂ ਬਣਾਈਆਂ ਨੇ ਬੱਕਰੀ ਚੋਣ ਵੀ ਲੜ ਕੇ ਵੇਖੀ ਆ ਪੰਜਾਬ ਨੇ ਵੋਟਰਾਂ ਨੇ ਇਹਨਾਂ ਨੂੰ ਨਹੀਂ ਉਹ ਥਾਂ ਦਿੱਤੀ ਜੋ ਇਹ ਉਮੀਦ ਕਰਦੇ ਸੀ ਜੋ ਉਹਨਾਂ ਨੂੰ ਲੱਗਦਾ ਸੀ ਅੱਛਾ ਐਨ ਆਰ ਆਈ ਭਰਾ ਐਨ ਆਰ ਆਈ ਭਰਾਵਾਂ ਦੀ ਜ਼ਿਕਰ ਗੱਲ ਕਰੀਏ ਨਾ ਆਪਾਂ ਤਾਂ ਇੱਕ ਮੇਰੇ ਧਿਆਨ ਚ ਆਉਂਦਾ ਹੈ ਕਿ ਕੋਈ ਸਮਾਂ ਸੀ ਕਿ ਸਾਡੇ ਐਨ ਆਰ ਆਈ ਭਰਾਵਾਂ ਨੇ ਜਮ ਕੇ ਫੰਡਿੰਗ ਕੀਤੀ ਜਮ ਕੇ ਸਮਰਥਨ ਕੀਤਾ ਸਿਮਰਜੀਤ ਮਾਨ ਦਾ ਚੋਣ ਹਾਰ ਕੇ ਉਸ ਤੋਂ ਬਾਅਦ ਪੰਜ ਪ੍ਰਧਾਨੀ ਬਣਦੀ ਆ ਪੰਜ ਪ੍ਰਧਾਨੀ ਨੂੰ ਸਾਰਾ ਸਮਰਥਨ ਇਹਨਾਂ ਵਾਲੀ ਭਰਾ ਦਿੰਦੇ ਰਹੇ ਬਹੁਤ ਸੰਗਠਨ ਦਿੰਦੇ ਰਹੇ ਪੰਜ ਪ੍ਰਧਾਨੀ ਨਹੀਂ ਚਲਾ ਸਕੀ ਸਿਆਸੀ ਦਲ ਵੱਜੋਂ ਨਹੀਂ ਉੱਪਰ ਸਕੀ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਜਦੋਂ ਆਪਣੀ ਪਾਰਟੀ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਵਿਦੇਸ਼ਾਂ 'ਚ ਜਾਂਦੇ ਨੇ ਤਾਂ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਲੋਕਾਂ ਨੂੰ ਖੜਨ ਲਈ ਥਾਂ ਨਹੀਂ ਮਿਲਦੀ ਜਿੰਨੇ ਲੋਕ ਖਾਲ ਦੇ ਅੰਦਰ ਹੁੰਦੇ ਸੀ ਉਹਦੇ ਨਾਲੋਂ ਦੁੱਗਣੇ ਬਾਹਰ ਹੁੰਦੇ ਸੀ ਥਾਂ ਨਹੀਂ ਮਿਲ ਰਹੀ ਫੰਡ ਨਾਲ ਝੋਲੀ ਭਰ ਦਿੱਤੀ ਮਨਪ੍ਰੀਤ ਬਾਦਲ ਦੀ ਪਰ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਮਨਪ੍ਰੀਤ ਬਾਦਲ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲਈ ਤਾਂ ਕੱਲਾ ਫੰਡੇ ਨਹੀਂ ਭੇਜਿਆ ਇਹਨਾਂ ਰਾਇਆਂ ਨੇ ਜਹਾਜ਼ ਭਰ ਕੇ ਆਪ ਆਉਂਦੇ ਰਹੇ ਢੋਲ ਵਜਾ ਕੇ 에ਰਪੋਰਟ ਤੇ ਉਤਰਦੇ ਰਹੇ ਆਪਣੇ ਆਪਣੇ ਪਿੰਡਾਂ 'ਚ ਆ ਕੇ ਬੈਠ ਗਏ ਰਿਸ਼ਤੇਦਾਰਾਂ ਦੇ ਘਰਾਂ 'ਚ ਬੈਠ ਗਏ ਜਿੰਨਾ ਸਾਥ ਐਨ ਆਰ ਆਈ ਭਰਾਵਾਂ ਨੇ ਆਮ ਆਦਮੀ ਪਾਰਟੀ ਦਾ ਦਿੱਤਾ ਮੈਨੂੰ ਹੀ ਲੱਗਦਾ ਇਹ ਤੋਂ ਪਹਿਲਾਂ ਕਦੇ ਕਿਸੇ ਦਲ ਦਾ ਦਿੱਤਾ ਹੋਵੇ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਫੇਰ ਨਾ ਜਿੱਤ ਸਕੇ ਮਤਲਬ ਇਹ ਸਾਰੇ ਦੇ ਵਿੱਚ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਐਨ ਆਰ ਆਈ ਭਰਾ ਪੰਜਾਬ ਦੇ ਲੋਕਾਂ ਤੋਂ ਉਲਟ ਸੋਚ ਰਹੇ ਹੁੰਦੇ ਨੇ ਜੋ ਜਿਹੜਾ ਫੰਡ ਦੇ ਰਹੇ ਹੁੰਦੇ ਨੇ ਉਸ ਦੇ ਬਾਵਜੂਦ ਉਹਨਾਂ ਦੇ ਫੰਡ ਦੇ ਬਾਵਜੂਦ ਵੀ ਉਹ ਪਾਰਟੀਆਂ ਪੰਜਾਬ 'ਚ ਪੈਰ ਨਹੀਂ ਜਮਾ ਪਾਉਂਦੀਆਂ ਇਹਦਾ ਮਤਲਬ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਪੰਜਾਬ ਦੇ ਲੋਕ ਕੁਝ ਹੋਰ ਸੋਚ ਰਹੇ ਹੁੰਦੇ ਨੇ ਉਹਨਾਂ ਦੀ ਹੀ ਭਲਾਈ ਲਈ ਸੋਚਣ ਵਾਲੇ ਐਨਆਰਆਈ ਭਰਾ ਕੁਝ ਵੱਖਰੇ ਨਜ਼ਰੀਏ ਨਾਲ ਸੋਚ ਰਹੇ ਹੁੰਦੇ ਨੇ ਪਰ ਪਤਾ ਨਹੀਂ ਉਹਨਾਂ ਦੇ ਹਿੱਸੇ ਕਿਉਂ ਸ਼ੋਰਤ ਨਹੀਂ ਆਈ ਕਿ ਜਿਹੜੀ ਪਾਰਟੀ ਦਾ ਉਸਤਾਦ ਦਿੰਦੇ ਨੇ ਉਹ ਪਾਰਟੀ ਪੰਜਾਬ ਛਾਰ ਜਾਂਦੀ ਆ ਖੈਰੇ ਨੂੰ ਵੀ ਬੜੀ ਉਮੀਦ ਸੀ ਖੈਰਾ ਵੱਖਰਾ ਹੋਇਆ ਖੈਰ ਨੂੰ ਮੀਸੀ ਕਿ ਮੈਂ ਬਾਦਲਾਂ ਦੇ ਖਿਲਾਫ ਲੜਨ ਜਾ ਰਿਹਾ ਮੈਂ ਸੁਖਵੀਰ ਬਾਦਲ ਦੇ ਖਿਲਾਫ ਬਠਿੰਡੇ ਤੋਂ ਚੋਂ ਲੜਨ ਜਾ ਰਿਹਾ ਹੋ ਸਕਦਾ ਐਨਆਰਆਈ ਭਰਾ ਮੇਰਾ ਜਮ ਕੇ ਸਾਥ ਦੇਣ ਕੁਝ ਫੰਡ ਆਇਆ ਵੀ ਕੁਝ ਇਹਨਾਂ ਰਿਆਂ ਨੇ ਸਾਥ ਵੀ ਦਿੱਤਾ ਪਰ ਖੈਰਾ ਵੀ ਹਾਰ ਗਿਆ ਹੁਣ ਭਗਵੰਤ ਮਾਣ ਹੁਣ ਸੁਖਪਾਲ ਖੈਰਾ ਹੁਣ ਬੈਂਸ ਭਰਾ ਹੁਣ ਟਕਸਾਲੀ ਅਕਾਲੀ ਵਾਲੇ ਸੇਖਵਾ ਹੋਰੀ ਬਰੰਪੁਰਾ ਹੋਰੀ ਜੇ ਇਹ ਸਾਰੇ ਮਲਾਕੇ ਨਵਜੋਤ ਸਿੰਘ ਨੂੰ ਲਿਉਣ ਕਿ ਨਵਜੋਤ ਸਿੰਘ ਜੀ ਪੰਜਾਬ ਦੇ ਲੋਕ ਤੁਹਾਡੇ ਮਗਰ ਹੋਣਗੇ ਤੇ ਵਿਦੇਸ਼ਾਂ ਤੋਂ ਫੰਡ ਅਸੀਂ ਲਿਆਵਾਂਗੇ ਫਿਰ ਮੈਂ ਦੋਹੇ ਪੱਖ ਤੋਂ ਗੱਲ ਕਰ ਰਿਹਾ ਕਿ ਐਨਆਰਆਈ ਭਰਾਵਾਂ ਨੇ ਜਿਨ੍ਹਾਂ ਪਾਰਟੀਆਂ ਸਾਥ ਦਿੱਤਾ ਉਹ ਪਾਰਟੀਆਂ ਨੇ ਵੀ ਪੰਜਾਬ 'ਚ ਨਹੀਂ ਪੈਰ ਲੱਗੇ ਔਰ ਜਿਹੜੇ ਵੱਡੇ ਕਹਾਗਦੋ ਲੀਡਰ ਮੰਨੇ ਜਾਂਦੇ ਸੀ ਵੱਡੇ ਸਿਆਸੀ ਪਰਿਵਾਰਾਂ ਚੋਂ ਮੰਨੇ ਜਾਂਦੇ ਸੀ ਜਿਥੇ ਗੁਰਚੰਦ ਸਿੰਘ ਟੋੜਾ ਦਾ ਜੋ ਸਿਆਸਤ ਵਿੱਚ ਸਨਮਾਨ ਸੀ ਉਹ ਸਨਮਾਨ ਉਹਨਾਂ ਨੂੰ ਬੱਕਰੀ ਪਾਰਟੀ ਬਣਾ ਕੇ ਨਹੀਂ ਮਿਲ ਸਕਿਆ ਤੇ ਜੇਕਰ ਜਥੇ ਗੁਰਚਰ ਸਿੰਘ ਟੋੜਾ ਨਹੀਂ ਜਿੱਤ ਸਕੇ ਜੇਕਰ ਮਨਪ੍ਰੀਤ ਬਾਦਲ ਆਪਣੀ ਬੱਕਰੀ ਪਾਰਟੀ ਬਣਾ ਕੇ ਨਹੀਂ ਪੰਜਾਬ ਜਿੱਤ ਸਕਿਆ ਰਾਮੂ ਵਾਲਿਆਂ ਨੇ ਕਿੰਨੇ ਰੰਗਾਂ ਦੇ ਵਾਲੇ ਝੰਡੇ ਬਦਲੇ ਕਿੰਨੇ ਝੰਡਾ ਝੰਡੇ ਆਪਣੇ ਝੰਡੇ ਵਿੱਚ ਰੰਗ ਪਾਏ ਉਸ ਦੇ ਬਾਵਜੂਦ ਉਹਨਾਂ ਦੀ ਪਾਰਟੀ ਨੂੰ ਰੰਗ ਨਾ ਚੜਿਆ ਤੇ ਕੀ ਨਵਜੋਤ ਸਿੰਘ ਸਿੱਧੂ ਜਥੇਦਾਰ ਗੁਰਚਰ ਸਿੰਘ ਟੋੜਾ ਤੇ ਮਨਪ੍ਰੀਤ ਬਾਦਲ ਤੋਂ ਵੀ ਵੱਡੇ ਨੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਹੋ ਗਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਇੱਧਰ ਆਉਂਦੇ ਰਹੇ ਅੱਛਾ ਹੁਣ ਚਰਚਾ ਆ ਗਈ ਜੀ ਕਿ ਨਵਜੋਤ ਸਿੰਘ ਸਿੱਧੂ ਜੇ ਭਾਜਪਾ ਚ ਜਾਂਦੇ ਨੇ ਇਸ ਨੂੰ ਲੈ ਕੇ ਲੋਕ ਸੋਚਣ ਲੱਗੇ ਬਿਲਕੁਲ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ ਪੰਜਾਬ ਦੇ ਵਿੱਚ ਆ ਬੀਜੇਪੀ ਨੂੰ ਸਿੱਖ 체ਰਾ ਚਾਹੀਦਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਜੱਟ ਸਿੱਖ 체ਰਾ ਚਾਹੀਦਾ ਤੇ ਉਹ ਸਾਰਾ ਕੁਝ ਨਵਜੋਤ ਸਿੰਘ ਸਿੱਧੂ ਚੋਂ ਪੂਰਾ ਹੁੰਦਾ ਜੱਟ ਵੀ ਨੇ ਸਿੱਖ ਵੀ ਨੇ ਦਸਤਾਰ ਵੀ ਸਜਾਉਂਦੇ ਨੇ ਮੌਲੀਆਂ ਵੀ ਬੰਨ ਲੈਂਦੇ ਨੇ ਮੰਦਰਾਂ ਚ ਪੂਜਾ ਵੀ ਕਰ ਲੈਂਦੇ ਨੇ ਮਤਲਬ ਹਿੰਦੂ ਵੋਟ ਵੀ ਖਿੱਚ ਸਕਦੇ ਨੇ ਸਿੱਖ ਵੋਟ ਵੀ ਖਿੱਚ ਸਕਦੇ ਨੇ ਬੀਜੇਪੀ ਨਾਲ ਪੁਰਾਣਾ ਸਬੰਧ ਰਿਹਾ ਬੀਜੇਪੀ ਦੇ ਵੱਲੋਂ ਲਗਾਤਾਰ ਐਮਪੀ ਬਣਦੇ ਨੇ ਰਾਜ ਸਭਾ ਤੱਕ ਜਾਂਦੇ ਰਹੇ ਨੇ ਬੀਜੇਪੀ ਦੇ ਸਾਰੇ ਫਾਰਮੂਲੇ ਆਉਂਦੇ ਨੇ ਬੋਲਣ ਚ ਮਾਹਰ ਨੇ ਤੇ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਹੋ ਸਕਦੀ ਹੈ ਕਾਂਗਰਸ ਨੂੰ ਨਜ਼ਾਰਾ ਦਿਖਾ ਚੁੱਕੇ ਨੇ ਕਿ ਕਾਂਗਰਸ ਦੀ ਜਦੋਂ ਐਮਆਰਏ ਦੀ ਚੋਣ ਸੀ ਜਿੱਥੇ ਜਿੱਥੇ ਨਵਜੋਤ ਸਿੰਘ ਸਿੱਧੂ ਗਏ ਇੱਕ ਦੋ ਸੀਟਾਂ ਛੱਡ ਕੇ ਸਾਰੀਆਂ ਜਿੱਤੀਆਂ ਪਰ ਲੋਕ ਸਭਾ ਦੇ ਵਿੱਚ ਉਲਟਾ ਹੋਇਆ ਇਸ ਲਈ ਇਹਦੀ ਗਾਰੰਟੀ ਕੌਣ ਲਏਗਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਭਾਜਪਾ ਦਾ ਚਿਹਰਾ ਬਣਦਾ ਫਿਰ ਪੰਜਾਬ ਚ ਭਾਜਪਾ ਜਿੱਤ ਜਾਈਗੀ ਇਸ ਦੀ ਗਾਰੰਟੀ ਕੌਣ ਲਏਗਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਦੂਜਾ ਹਮਰੱਤ ਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਖਾਸਮ ਖਾਸ ਮੰਨੇ ਜਾਂਦੇ ਸੀ ਚਾਹੇ ਜੋਸ਼ੀ ਹੋਵੇ ਚਾਹੇ ਸ਼ਵੇਤ ਮਾਲਿਕ ਹੋਵੇ ਅੱਜ ਕੱਟੜ ਵਿਰੋਧੀ ਨੇ ਨਵਜੋਤ ਸਿੰਘ ਸਿੱਧੂ ਜਿਹਦੇ ਜਿਹੜੇ ਪੱਕੇ ਆੜੀ ਮੰਨੇ ਜਾਂਦੇ ਸੀ ਅਕਾਲੀ ਦਲ ਦੇ ਵਿੱਚੋਂ ਚਾਹੇ ਉਹ ਮਜੀਠੀਆ ਟੱਬਰ ਹੋਵੇ ਤੇ ਚਾਹੇ ਸੁਖਬੀਰ ਬਾਦਲ ਹੋਣ ਅੱਜ ਕੱਲ ਕੱਟੜ ਵਿਰੋਧੀ ਨੇ ਪਹਿਲਾਂ ਤਾਂ ਬੀਜੇਪੀ ਪੰਜਾਬ ਬੀਜੇਪੀ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਸਬਕਾਰ ਕਰੇਗੀ ਆਪਣੇ ਆਪ 'ਚ ਸਵਾਲ ਹੈ ਜੇਕਰ ਨਵਜੋਤ ਸਿੰਘ ਨੂੰ ਸਬਕਾਰ ਨਹੀਂ ਹੁੰਦੇ ਤਾਂ ਇਸੇ ਵਿੱਚੋਂ ਫਾਰਮੂਲਾ ਚੱਲ ਰਿਹਾ ਹੈ ਕਿ ਬੀਜੇਪੀ ਇਹ ਵੀ ਸੋਚਦੀ ਹੈ ਹੂਲਕਾ ਨੂੰ ਲਈਏ ਖੈਰੇ ਨੂੰ ਲਈਏ ਸੁਖਦੇਵ ਸਿੰਘ ਢੀਟਸਾਂ ਨੂੰ ਲਈਏ ਇਹ ਵੀ ਚਰਚਾ ਮੈਂ ਚੱਲਦੀ ਹੈ ਕਿ ਨਾ ਸਾਰਿਆਂ ਨੂੰ ਵੀ ਲਿਆਂਦਾ ਜਾ ਸਕਦਾ ਨਾਲ ਜੇ ਨਵਜੋਤ ਸਿੱਧੂ ਆ ਜਵੇ ਕਹਿੰਦੇ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਪਰ ਕਿਤੇ ਨਾ ਕਿਤੇ ਐਚਐਸ ਫੂਲਕਾ ਹੋਰਾਂ ਨੂੰ ਸਨਮਾਨ ਦੇਣਾ ਜਿਹੜਾ ਪਦਮਸ਼ਰੀ ਅਵਾਰਡ ਦਿੱਤਾ ਗਿਆ ਇਸੇ ਤਰ੍ਹਾਂ ਸੁਖਦੇਵ ਸਿੰਘ ਢੀਟਸਾਂ ਨੂੰ ਸਨਮਾਨ ਦੇਣਾ ਅਵਾਰਡ ਦੇਣਾ ਉਹਦੇ ਦੌਰਾਨ ਵੀ ਇਹ ਚਰਚਾ ਛੱਡਦੀ ਸੀ ਕਿ ਬੀਜੇਪੀ ਨੂੰ ਉਹਨੂੰ ਆਪਣੇ ਵੱਲ ਲਿਆਣਾ ਚਾਹੀਦੀ ਹੈ ਫੂਲਕਾ ਲਈ ਤਾਂ ਕਹਿੰਦੇ ਆਫਰ ਵੀ ਆਈ ਸੀ ਕਿ ਚੋਣ ਲੜੋ ਪਰ ਫੂਲਕਰ ਨੇ ਕਿਹਾ ਕਿ ਨਹੀਂ ਮੈਂ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਲਈ ਤਾਂ ਲੜਾਂਗਾ ਪਰ ਮੈਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ ਖਾਸ ਕਰਾਂ ਬੀਜੇਪੀ ਵੱਲੋਂ ਉਹਨਾਂ ਨੇ ਕਿਹਾ ਕਿ ਮੈਂ 84 ਸਿੱਖ ਕਤਲਾਂ ਦੀ ਲੜਾਈ ਤਾਂ ਲੜਾਂਗਾ ਪਰ ਤੁਹਾਡੇ ਵੱਲੋਂ ਚੋਣ ਨਹੀਂ ਲੜਾਂਗਾ ਪਰ ਕਿਹਾ ਇਹ ਵੀ ਜਾ ਰਿਹਾ ਕਿ ਉਹ ਬੀਜੇਪੀ ਦੇ ਦਬਾਅ ਹੇਠ ਹੈਗੇ ਨੇ ਕਿਤੇ ਉਹਨਾਂ ਦੇ ਪ੍ਰਭਾਵ ਹੇਠ ਹੈਗੇ ਨੇ ਕਿਤੇ ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਟਾ ਸਾਹਿਬ ਵੀ ਸੁਖਦੇਵ ਸਿੰਘ ਢੀਂਟਾ ਸਾਹਿਬ ਵੀ ਬੀਜੇਪੀ ਲੀਡਰਾਂ ਦੇ ਸੰਪਰਕ ਵਿੱਚ ਨੇ ਤੇ ਖੈਰੇਵਾਰੀ ਵੀ ਗੱਲ ਚੱਲਦੀ ਹੈ ਕਿ ਖੈਰੇ ਨੂੰ ਪਾਰਟੀ ਲਿਆ ਸਕਦੀ ਹੈ ਆਪਣੇ ਨਾਲ ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਸ਼ੁਰੂ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਲਿਆਣਾ ਚਾਹੁੰਦੀ ਹੈ ਪਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਸ਼ਵੇਤ ਮਲਕ ਦੀ ਅਗਵਾਈ ਵਾਲੀ ਲੀਡਰਸ਼ਿਪ ਚਾਹੇ ਅਵਨਾਸ਼ ਖੰਨਾਲਾ ਤੜਾ ਚਾਹੇ ਮਦਨ ਮੋਹਨ ਮਿੱਤਰਾਲਾ ਤੜਾ ਚਾਹੇ ਕਮਲ ਸ਼ਰਮਾਲਾ ਤੜਾ ਜਾਂ ਹੋਰ ਭਾਜਪਾ ਦੇ ਪੰਜਾਬ ਚ ਖਾਤੇ ਤੜੇ ਨੇ ਉਹਨਾਂ ਤੜਿਆਂ ਚੋਂ ਕਿਹੜਾ ਤੜਾ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਗਾ ਇਹ ਆਪਣੇ ਆਪ ਚ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਭਾਜਪਾ ਚਾਹੁੰਦੇ ਨੇ ਤੇ ਭਾਜਪਾ ਚ ਆਉਣ ਤੋਂ ਬਾਅਦ ਦੂਜਾ ਭਾਈਵਾਲ ਵਾਲਾ ਮਸਲਾ ਨਵਜੋ ਸਿੰਘ ਸਿੱਧੂ ਨੇ ਅਕਾਲੀ ਦਲ ਖਿਲਾਫ ਨਹੀਂ ਲੜਾਈ ਲੜੀ ਨਵਜੋ ਸਿੰਘ ਸਿੱਧੂ ਨੇ ਸਿੱਧਾ ਬਾਦਲਾ ਖਿਲਾਫ ਲੜਾਈ ਲੜੀ ਬਾਦਲਾਂ ਦੇ ਲਈ ਜਿਹੋ ਜੀ ਸ਼ਬਦਾਵਲੀ ਵਰਤਦੇ ਰਹੇ ਸੁਖਵੀਰ ਬਾਦਲ ਲਈ ਬਿਕਰਮ ਮਜੀਠੀਆ ਲਈ ਪ੍ਰਕਾਸ਼ ਸਿੰਘ ਬਾਦਲ ਲਈ ਕਿ ਉਹ ਪਰਿਵਾਰ ਹੁਣ ਚਾਹੇਗਾ ਕਿ ਸਾਡੇ ਭਾਈਵਾਲ ਦੇ ਵਿੱਚ ਨਵਜੋ ਸਿੰਘ ਸਿੱਧੂ ਵਾਪਸ ਆ ਜਵੇ ਇਹ ਆਪਣੇ ਆਪ ਦੇ ਵਿੱਚ ਵੱਡੀ ਚੁਣੌਤੀ ਖੜੀ ਹੋ ਗਈ ਹੈ ਅੱਛਾ ਹੁਣ ਇੱਥੇ ਆ ਕੇ ਮਸਲਾ ਇਹ ਖੜਾ ਹੈ ਚਰਚਾ ਇਹ ਛਿੜਕੇ ਸਾਹਮਣੇ ਆ ਰਹੀ ਹੈ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਬੀਜੇਪੀ ਚਾਹੁੰਦੇ ਨੇ ਤਾਂ ਉਸੇ ਦਿਨ ਇਸੇ ਗੱਲ ਨੂੰ ਰੋਸਾ ਲੈ ਕੇ ਅਕਾਲੀ ਦਲ ਬੀਜੇਪੀ ਤੋਂ ਨਾਤਾ ਤੋੜ ਸਕਦਾ ਹੈ ਕਾਰਨ ਦੋ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਬੀਜੇਪੀ ਲੈ ਕੇ ਆਈ ਤਾਂ ਨਾਲ ਹੀ ਸੀਟਾਂ ਵੱਧ ਮੰਗੇਗੀ ਉਹ ਤੇ ਸੀਟਾਂ ਵੱਧ ਮੰਗੇਗੀ ਅਕਾਲੀ ਦਲ ਸੀਟਾਂ ਵੀ ਨਹੀਂ ਦੇਵੇਗਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਬਕਾਰ ਨਹੀਂ ਕਰੇਗਾ ਤੇ ਦੋਵੇਂ ਮਸਲਿਆਂ ਦਾ ਹੱਲ ਇਹ ਹੋਏਗਾ ਕਿ ਬੀਜੇਪੀ ਆਪਣੇ ਰਾਹ ਪੰਜਾਬ ਦੇ ਵਿੱਚ ਤੇ ਅਕਾਲੀ ਦਲ ਆਪਣੇ ਰਾਹ ਜੀ ਇਹ ਸੰਭਵ ਹੈ ਜੇਕਰ ਸੰਭਵ ਹੋਇਆ ਤਾਂ ਪੰਜਾਬ ਦੇ ਵਿੱਚ ਅਗਲੀ ਵਾਰ ਵਿਧਾਨ ਸਭਾ ਚੋਣਾਂ 'ਚ ਚਾਰ ਵੱਡੀਆਂ ਪਾਰਟੀਆਂ ਮੋ ਸਾਹਮਣੇ ਹੋਣਗੀਆਂ ਜਿਨ੍ਹਾਂ ਵਿੱਚ ਕਾਂਗਰਸ ਜਿਨ੍ਹਾਂ ਵਿੱਚ ਚੱਕਲੀ ਦਲ ਜਿਨ੍ਹਾਂ ਵਿੱਚ ਬੀਜੇਪੀ ਤੇ ਜਿਨ੍ਹਾਂ 'ਚ ਆਮ ਆਦਮੀ ਪਾਰਟੀ ਇਹ ਵੱਡੇ ਚਾਰ ਤੇ ਰਹਣਗੇ ਫਿਰ ਚੋਣਾਂ ਮੁਕਾਬਲਾ ਹੋਏਗਾ ਜਿਹੜਾ ਹੁਣ ਤੱਕ ਆਮੋ ਸਾਹਮਣੇ ਜਾਂ ਟਕੋਣੇ ਮੁਕਾਬਲੇ ਹੁੰਦੇ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਫਿਰ ਪੰਜਾਬ ਦੇ ਵਿੱਚ ਸਰਗਰਮ ਹੋਣਾ ਚਾਹੁੰਦੀ ਆ ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਲੀਡਰ ਆਫਸ ਜਖੇਰੂ ਖੇਰੂ ਹੋਈ ਜਾਂਦੇ ਨੇ ਪਰ ਪੰਜਾਬ ਦੇ ਵਿੱਚ ਬੀਜੇਪੀ ਵੀ ਆਪਣੀ ਥਾਂ ਲੱਭ ਰਹੀ ਆ ਤੇ ਉਹਨੂੰ ਉਮੀਦ ਜਾਗੀ ਆ ਇਹ ਸਮੇਂ ਲੋਕ ਸਭਾ ਚੋਣਾਂ ਚ ਜਦੋਂ ਲੋਕ ਸਭਾ ਚੋਣਾਂ ਚ ਉਹਨਾਂ ਨੂੰ ਦੋ ਸੀਟਾਂ ਮਿਲਦੀਆਂ ਤਿੰਨਾਂ ਚੋਂ ਤੇ ਅਕਾਲੀ ਦਲ ਨੂੰ ਬਾਕੀਆਂ ਚੋਂ ਦੋ ਮਿਲਦੀਆਂ ਇਹ ਆਪਣੇ ਆਪ 'ਚ ਸਵਾਲ ਹੈ ਕਿ ਜੇਕਰ ਬੀਜੇਪੀ ਤਿੰਨ ਸੀਟਾਂ 'ਚ ਲੜ ਕੇ ਦੋ ਜਿੱਤ ਸਕਦੀ ਹੈ ਤੇ ਅਕਾਲੀ ਦਲ ਦਸਾਂ 'ਚ ਲੜ ਕੇ ਦੋ ਜਿੱਤ ਸਕਦੀ ਹੈ ਤਾਂ ਬੀਜੇਪੀ ਕਹਿੰਦਾ ਸਾਡਾ ਬੋਟ ਬੈਂਕ ਵੱਧ ਗਿਆ ਜੀ ਹੁਣ ਭਾਈਵਾਲ ਤੋਂ 50-50 ਭਾੜਦਾ 50-50 ਦਾ ਮਤਲਬ 50 ਤੋਂ 60 ਸੀਟਾਂ ਦਾ ਲੈ ਕੇ ਮੰਨੇਗਾ ਜੇ ਨਹੀਂ ਦਿੰਦਾ ਕਾਲੀਦਾਰ ਫਿਰ ਨਾਤਾ ਤੋੜ ਦਿਓ ਨਵਜੋਤ ਸਿੰਘ ਸਿੱਧੂ ਨੂੰ ਮੂਰੀ ਲਾ ਲਿਓ ਇਸ ਫਾਰਮੂਲੇ ਤੇ ਕੰਮ ਚੱਲ ਰਿਹਾ ਜਨਾਬ ਪਰ ਮਸਲਾ ਕਿ ਅੜਨਾ ਹੈ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੇ ਕਾਰਨ ਇਹ ਦੋ ਹੀ ਲੀਡਰ ਨੇ ਇਹ ਦੋਨੇ ਲੀਡਰ ਨੇ ਅਮਿਤ ਸ਼ਾਹ ਤੇ ਮੋਦੀ ਜਿਨ੍ਹਾਂ ਨੇ ਫੈਸਲਾ ਲੈਣਾ ਤੇ ਇਹ ਦੋਨੇ ਲੀਡਰ ਨੇ ਜਿਨ੍ਹਾਂ ਬਾਰੇ ਲੋਕ ਸਭਾ ਚੋਣਾਂ ਵਿੱਚ ਬਹੁਤ ਹੇਟਲੇ ਪੱਧਰ ਦੀ ਸ਼ਬਦਾਵਲੀ ਤੱਕ ਨਵਜੋਤ ਸਿੰਘ ਸਿੱਧੂ ਵਰਤਦੇ ਰਹੇ ਨੇ ਜੋ ਹੀ ਜੀ ਪਾਸ਼ਾ ਬੀਜੇਪੀ ਲਈ ਜਿਹੋ ਜਿਹੇ ਪਾਸ਼ਾ ਅ ਮੋਦੀ ਲਈ ਜਿਹੋ ਜਿਹੇ ਪਾਸ਼ਾ ਅਮਿਤ ਸ਼ਾਹ ਲਈ ਵਰਤੀ ਹੈ ਉਹ ਜਿਹੇ ਪਾਸ਼ਾ ਦੇ ਨਾਤੇ ਇਹ ਦੋਏ ਮੰਨਣਗੇ ਜਾਣੀ ਕਾਂਗਰਸ ਦਾ ਮੰਨ ਗਈ ਸੀ ਕਾਂਗਰਸ ਦੀ ਸੋਨੀਆ ਗਾਂਧੀ ਲਈ ਕਾਂਗਰਸ ਦੇ ਪ੍ਰਧਾਨ ਮੰਤਰੀ ਰੇ ਮਨਮੋਹਨ ਸਿੰਘ ਲਈ ਇੱਥੋਂ ਤੱਕ ਕਿ ਰਾਹੁਲ ਗਾਂਧੀ ਜਿਨ੍ਹਾਂ ਨੂੰ ਹੁਣ ਕਹਿੰਦੇ ਮੇਰਾ ਕੈਪਟਨ ਹੈ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ ਇਹ ਉਹ ਰਾਹੁਲ ਗਾਂਧੀ ਜਿਹਨੂੰ ਪੱਪੂ ਕਹਿ ਕੇ ਬੁਲਾਉਂਦੇ ਸੀ ਨਵਜੋਤ ਸਿੰਘ ਸਿੱਧੂ ਹੁਣ ਉਹਨਾਂ ਦਾ ਕੈਪਟਨ ਹੈ ਕਹਿੰਦੇ ਉੱਥੋਂ ਮਸਲਾ ਸ਼ੁਰੂ ਹੋਇਆ ਸੀ ਕੈਪਟਨ ਅਮਰਿੰਦਰ ਨਾਲ ਜਦੋਂ ਕੈਪਟਨ ਅਮਰਿੰਦਰ ਨੂੰ ਆਪਣਾ ਕੈਪਟਨ ਨਾ ਮੰਨ ਕੇ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਕਿਹਾ ਸੀ ਜਦੋਂ ਉਹ ਕਾਂਗਰਸ ਜਿਨ੍ਹਾਂ ਬਾਰੇ ਪੱਪੂ ਸ਼ਬਦ ਵਰਤੇ ਗਏ ਹੁਣ ਜਿਹੜੇ ਸਰਦਾਰ ਮਨਮੋਹਨ ਸਿੰਘ ਨੂੰ ਨਾ ਸਰਦਾਰ ਸਰਦਾਰ ਕਿਹਾ ਗਿਆ ਹੋਵੇ ਕਿ ਅਸਰਦਾਰ ਹੀ ਨਹੀਂ ਤਾਂ ਉਹ ਕਾਂਗਰਸ ਨਵਜੋ ਸਿੱਧੂ ਨੂੰ ਲੈ ਸਕਦੀ ਹੈ ਫਿਰ ਬੀਜੇਪੀ ਕਿਉਂ ਨਹੀਂ ਆਪਣਾ ਦਰਦ ਭਲਾ ਸਕਦੀ ਬਾਕੀ ਮੋਦੀ ਤੇ ਉਮੇਦਸ਼ਾ ਦੇ ਉੱਪਰ ਤਾਂ ਹੈ ਜੇਕਰ ਬੀਜੇਪੀ ਵੀ ਕਾਂਗਰਸ ਮੰਗ ਪੁੱਲ ਗਈ ਤੇ ਨਵਜੋ ਸਿੰਘ ਨੂੰ ਵਾਪਸ ਲਈ ਤਾਂ ਪੰਜਾਬ ਦੇ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣਾ ਮੁਕਾਬਲਾ ਹੋਏਗਾ ਇਹ ਇਹ ਹੋ ਸਕਦਾ ਹੈ ਇਹ ਸਥਿਤੀ ਕਦੇ ਵੀ ਸੰਭਵ ਹੈ ਫੈਸਲਾ ਨਵਜੋ ਸਿੰਘ ਤੋਂ ਕੈਬਨਟ ਤੋਂ ਬਾਹਰ ਆ ਗਏ ਨੇ ਕੀ ਕਾਂਗਰਸ ਤੋਂ ਬਾਹਰ ਆਉਣਗੇ ਇਹ ਵੇਖਣਾ ਬਾਕੀ ਹੈ ਪਰ ਤੁਸੀਂ ਵੇਖਦੇ ਰਹੋ ਵਿਦਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ